ਮੋਬਾਈਲ ਦੀ ਦੁਕਾਨ ਤੇ ਤਾਬੜਤੋੜ ਗੋਲੀਆਂ ਚੱਲੀਆਂ ਨੇ। ਬਾਜ਼ਾਰ ਦੇ ਵਿੱਚ ਸ਼ਰੇਆਮ ਹੀ ਦੁਕਾਨ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਦੋ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਮੋਬਾਈਲ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਅਤੇ ਫਿਰ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਔਰ ਦੱਸਿਆ ਜਾ ਰਿਹਾ ਕਿ 10 ਰਾਊਂਡ ਦੇ ਕਰੀਬ ਜੋ ਫਾਇਰਿੰਗ ਹੈ ਉਹ ਹੋਈ ਹੈ। ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੋਬਾਈਲ ਦੀ ਦੁਕਾਨ ਨੂੰ ਦੋ ਹਮਲਾਵਰਾਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਅਤੇ ਫਿਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। 10 ਰਾਊਂਡ ਦੇ ਕਰੀਬ ਜੋ ਫਾਇਰਿੰਗ ਹੋਈ ਹੈ ਔਰ ਪੁਲਿਸ ਨੂੰ ਮੌਕੇ ਤੋਂ ਜੋ ਗੋਲੀਆਂ ਦੇ ਰੋਂਦ ਹੈ ਉਹ ਵੀ ਬਰਾਮਦ ਹੋਏ ਆ ਔਰ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ ਔਰ ਉਹਨਾਂ ਦੇ ਵੱਲੋਂ ਜਾਂਚ ਇਸ ਸੰਬੰਧੀ ਕੀਤੀ ਜਾ ਰਹੀ ਹੈ। ਹਾਲਾਂਕਿ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦਾ ਜੋ ਮੇਨ ਗੇਟ ਹੈ ਉਸਦਾ ਜੋ ਸ਼ੀਸ਼ਾ ਹੈ ਉਹ ਗੋਲੀ ਲੱਗਣ ਦੇ ਕਾਰਨ ਚਕਨਾ ਚੂਰ ਹੋਇਆ ਪਿਆ ਔਰ ਕਈ ਜਗ੍ਹਾ 'ਤੇ ਗੋਲੀਆਂ ਦੇ ਸਾਫ ਨਿਸ਼ਾਨ ਵੀ ਜੋ ਨੇ ਉਹ ਵੀ ਦਿਖਾਈ ਦੇ ਰਹੇ ਨੇ ਔਰ ਬਾਜ਼ਾਰ ਦੇ ਵਿੱਚ ਸ਼ਰੇਆਮ ਦੋ ਹਮਲਾਵਰ ਆਉਂਦੇ ਨੇ ਬਾਈਕ 'ਤੇ ਸਵਾਰ ਹੋ ਕੇ ਅਤੇ ਫਿਰ ਉਹ ਇਸ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਨੇ ਅਤੇ ਫਿਰ ਤਾੜ ਤਾੜ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ। ਹਾਲਾਂਕਿ ਕਾਰਨ ਹਜੇ ਫਿਲਹਾਲ ਸਾਹਮਣੇ ਨਹੀਂ ਆਇਆ ਕਿ ਕਿਹੜਾ ਕਾਰਨਾਂ ਦੇ ਕਰਕੇ ਇਹ ਜੋ ਗੋਲੀਆਂ ਚੱਲੀਆਂ ਨੇ ਕੋਈ ਰੰਜਸ ਸੀ ਜਾਂ ਹੋਰ ਕੋਈ ਵੱਡਾ ਕਾਰਨ ਇਸ ਪਿੱਛੇ। ਫਿਲਹਾਲ ਇਹ ਸਭ ਜੋ ਹੈ ਜਾਂਚ ਦਾ ਵਿਸ਼ਾ ਪਰ ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੋਬਾਈਲ ਦੀ ਦੁਕਾਨ 'ਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਸ਼ਰੇਆਮ ਬਾਜ਼ਾਰ ਦੇ ਵਿੱਚ ਇਹ ਜੋ ਵੱਡੀ ਘਟਨਾ ਉਹ ਵਾਪਰੀ ਆ। ਮੌਕੇ 'ਤੇ ਪੁਲਿਸ ਪਹੁੰਚੀ ਹੋਈ ਆ। ਪੁਲਿਸ ਦੇ ਵੱਲੋਂ ਆਸੇ ਪਾਸੇ ਦੀਆਂ ਜੋ CCTV ਤਸਵੀਰਾਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਕਿ ਤਾਂ ਜੋ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾਵੇ। ਪਰ ਖਬਰ ਕਪੂਰਥਲਾ ਤੋਂ ਹੈ ਜਿੱਥੇ ਕਿ ਮੋਬਾਈਲ ਦੀ ਦੁਕਾਨ 'ਤੇ ਅਣਪਛਾਤਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਮੋਬਾਈਲ ਦੀ ਦੁਕਾਨ 'ਤੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ। ਬਾਜ਼ਾਰ ਦੇ ਵਿੱਚ ਸ਼ਰੇਆਮ ਹੀ ਦੁਕਾਨ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਦੋ ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਮੋਬਾਈਲ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਅਤੇ ਫਿਰ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਮੌਕੇ 'ਤੇ ਪੁਲਿਸ ਪਹੁੰਚੀ ਹੋਈ ਹੈ ਔਰ ਦੱਸਿਆ ਜਾ ਰਿਹਾ ਕਿ 10 ਰਾਊਂਡ ਦੇ ਕਰੀਬ ਜੋ ਫਾਇਰਿੰਗ ਹੈ ਉਹ ਹੋਈ ਹੈ। ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੋਬਾਈਲ ਦੀ ਦੁਕਾਨ ਨੂੰ ਦੋ ਹਮਲਾਵਰਾਂ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਅਤੇ ਫਿਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। 10 ਰਾਊਂਡ ਦੇ ਕਰੀਬ ਜੋ ਫਾਇਰਿੰਗ ਹੋਈ ਹੈ ਔਰ ਪੁਲਿਸ ਨੂੰ ਮੌਕੇ ਤੋਂ ਜੋ ਗੋਲੀਆਂ ਦੇ ਰੋਂਦ ਹੈ ਉਹ ਵੀ ਬਰਾਮਦ ਹੋਏ ਆ ਔਰ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ ਔਰ ਉਹਨਾਂ ਦੇ ਵੱਲੋਂ ਜਾਂਚ ਇਸ ਸੰਬੰਧੀ ਕੀਤੀ ਜਾ ਰਹੀ ਹੈ। ਹਾਲਾਂਕਿ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦਾ ਜੋ ਮੇਨ ਗੇਟ ਹੈ ਉਸਦਾ ਜੋ ਸ਼ੀਸ਼ਾ ਹੈ ਉਹ ਗੋਲੀ ਲੱਗਣ ਦੇ ਕਾਰਨ ਚਕਨਾ ਚੂਰ ਹੋਇਆ ਪਿਆ ਔਰ ਕਈ ਜਗ੍ਹਾ 'ਤੇ ਗੋਲੀਆਂ ਦੇ ਸਾਫ ਨਿਸ਼ਾਨ ਵੀ ਜੋ ਨੇ ਉਹ ਵੀ ਦਿਖਾਈ ਦੇ ਰਹੇ ਨੇ ਔਰ ਬਾਜ਼ਾਰ ਦੇ ਵਿੱਚ ਸ਼ਰੇਆਮ ਦੋ ਹਮਲਾਵਰ ਆਉਂਦੇ ਨੇ ਬਾਈਕ 'ਤੇ ਸਵਾਰ ਹੋ ਕੇ ਅਤੇ ਫਿਰ ਉਹ ਇਸ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਨੇ ਅਤੇ ਫਿਰ ਤਾੜ ਤਾੜ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ। ਹਾਲਾਂਕਿ ਕਾਰਨ ਹਜੇ ਫਿਲਹਾਲ ਸਾਹਮਣੇ ਨਹੀਂ ਆਇਆ ਕਿ ਕਿਹੜਾ ਕਾਰਨਾਂ ਦੇ ਕਰਕੇ ਇਹ ਜੋ ਗੋਲੀਆਂ ਚੱਲੀਆਂ ਨੇ ਕੋਈ ਰੰਜਸ ਸੀ ਜਾਂ ਹੋਰ ਕੋਈ ਵੱਡਾ ਕਾਰਨ ਇਸ ਪਿੱਛੇ। ਫਿਲਹਾਲ ਇਹ ਸਭ ਜੋ ਹੈ ਜਾਂਚ ਦਾ ਵਿਸ਼ਾ ਪਰ ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੋਬਾਈਲ ਦੀ ਦੁਕਾਨ 'ਤੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਸ਼ਰੇਆਮ ਬਾਜ਼ਾਰ ਦੇ ਵਿੱਚ ਇਹ ਜੋ ਵੱਡੀ ਘਟਨਾ ਉਹ ਵਾਪਰੀ ਆ। ਮੌਕੇ 'ਤੇ ਪੁਲਿਸ ਪਹੁੰਚੀ ਹੋਈ ਆ। ਪੁਲਿਸ ਦੇ ਵੱਲੋਂ ਆਸੇ ਪਾਸੇ ਦੀਆਂ ਜੋ CCTV ਤਸਵੀਰਾਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਕਿ ਤਾਂ ਜੋ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾਵੇ। ਪਰ ਖਬਰ ਕਪੂਰਥਲਾ ਤੋਂ ਹੈ ਜਿੱਥੇ ਕਿ ਮੋਬਾਈਲ ਦੀ ਦੁਕਾਨ 'ਤੇ ਅਣਪਛਾਤਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ।